ਆਪਣੀ ਖੇਤੀ ਵੇਖ ਰਹੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਅੱਜ ਤੁਹਾਡੇ ਲਈ ਆਪਾਂ ਨਿੰਬੂ ਦੀ ਜਾਣਕਾਰੀ ਲੈ ਕੇ ਆਏ ਆਂ ਨਿੰਬੂ ਬਾਰੇ ਅੱਜ ਆਪਾਂ ਗੱਲ ਕਰਾਂਗੇ ਨਿੰਬੂ ਦੀ ਖੇਤੀ ਨਿੰਬੂ ਦੇ ਜਿਹੜੇ ਫੁੱਲ ਝੜਦੇ ਆ ਜਾਂ ਨਿੰਬੂ ਗਰੋਥ ਕਰ ਰਿਹਾ ਉਹਨੂੰ ਫਲ ਨਹੀਂ ਲੱਗਦਾ ਇਹਦੇ ਬਾਰੇ ਅੱਜ ਆਪਾਂ ਗੱਲ ਕਰਾਂਗੇ ਸਭ ਤੋਂ ਪਹਿਲਾਂ ਤੁਸੀਂ ਇੱਕ ਗੱਲ ਦਾ ਖਾਸ ਧਿਆਨ ਰੱਖਣਾ ਸੁੱਕੀ ਟਾਣੀ ਜਿਹੜੀ ਵੀ ਹੈਗੀ ਆ ਨਿੰਬੂ ਦੇ ਪੌਦੇ ਤੇ ਉਹਨੂੰ ਕੱਟ ਦਿਓ। ਸੁੱਕੀ ਟਾਣੀ ਨੂੰ ਕੱਟ ਦਿਓ। ਥੱਲਿਓਂ ਜ਼ਮੀਨ ਜਿਹੜੀ ਆ ਜੜ ਤੋਂ ਸੁੱਕੀ ਰੱਖਣੀ ਆ। ਉਹਨੂੰ ਗੋਡੀ ਕਰੀ ਰੱਖੋ। ਘੱਟ ਪਾਣੀ ਦੇਣਾ। ਜਨਵਰੀ ਮਹੀਨੇ 'ਚ ਜਦੋਂ ਫਲ ਆਉਣ ਲੱਗਦਾ ਉਦੋਂ ਕੁਛ-ਕੁਛ ਵਕਪੇ ਤੋਂ ਬਾਅਦ ਪਾਣੀ ਦਿਓ। ਤੇ ਦੂਜੀ ਗੱਲ ਜਿਹੜੀ ਆਪਾਂ ਰੂੜੀ ਜ਼ਰੂਰ ਪਾਉਣੀ ਆ। ਜੜਾਂ 'ਚ ਰੂੜੀ ਪਾ ਦਿਓ ਥੋੜਾ ਜਿਹਾ ਥਾਂ ਪੱਟ ਕੇ ਜੇ ਗੱਡੋਆਂ ਦੀ ਖਾਦ ਮਿਲਦੀ ਆ ਉਹ ਵੀ ਬਹੁਤ ਵਧੀਆ ਜੇ ਸਰੋਂ ਦੀ ਖਾਲ ਮਿਲਦੀ ਆ ਉਹ ਵੀ ਪਾ ਸਕਦੇ ਆ ਠੀਕ ਹੈ ਜੀ ਤੇ ਪਾ ਕੇ ਤੇ ਇਹਨੂੰ ਨਾਰਮਲ ਇੱਕ ਵਾਰੀ ਪਾਣੀ ਦੇ ਕੇ ਤੇ ਉੱਤੋਂ ਤੁਸੀਂ ਕੋਈ ਰਹਿਦ ਖੁੰਦ ਪਰਾਲੀ ਵਗੈਰਾ ਨਾਲ ਟੱਕ ਸਕਦੇ ਆ ਜਦੋਂ ਨਿੰਬੂ ਨੂੰ ਫਲ ਲੱਗਣਾ ਸ਼ੁਰੂ ਹੁੰਦਾ ਤੇ ਉਦੋਂ ਤੁਸੀਂ ਅੱਧੇ ਲੀਟਰ ਪਾਣੀ 'ਚ ਸ਼ਹਿਦ ਮਿਲਾ ਕੇ 10 ਕ ਬੂੰਦਾਂ ਸ਼ਹਿਦ ਦੀਆਂ ਪਾ ਲਓ 10 ਬੂੰਦਾਂ ਸ਼ਹਿਦ ਦੀਆਂ ਪਾ ਕੇ ਤੁਸੀਂ ਪੌਦੇ ਨੂੰ ਪਾਣੀ ਰਾਹੀਂ ਜੜ ਨੂੰ ਵੀ ਦੇ ਸਕਦੇ ਆ ਤੇ ਜੇ ਵੱਧਦਾ ਤਾਂ ਤੁਸੀਂ ਉਹਦੇ ਉੱਪਰ ਛੜਕਾ ਕਰ ਦਿਓ ਇਹਦੇ ਨਾਲ ਕੀ ਹੋਊਗਾ ਜਿਹੜੇ ਕੋਈ ਮੱਛਰ ਵਗੈਰਾ ਨਹੀਂ ਤੁਹਾਡੇ ਪੌਦੇ ਤੇ ਆਊਗਾ ਤੇ ਫਲ ਜਿਹੜਾ ਉਹ ਹੋਰ ਲੱਗੂ ਤੇ ਨਾਲੇ ਫਲ ਝੜਦਾ ਨਹੀਂ ਇਹਨਾਂ ਗੱਲਾਂ ਦਾ ਧਿਆਨ ਰੱਖਿਓ ਕੋਈ ਵੀ ਟਾਣੀ ਸੁੱਕੀ ਨਹੀਂ ਰਹਿਣ ਦੇਣੀ ਸੁੱਕੀ ਟਾਣੀ ਜੇ ਹੈਗੀ ਆ ਤੁਹਾਡੇ ਨਿੰਬੂ ਦੇ ਪੌਦੇ ਤੇ ਤੇ ਉਹਨੂੰ ਕੱਟ ਦਿਓ ਥੱਲਿਓ ਪੌਦਾ ਸੁੱਕਾ ਰੱਖਣਾ ਜਿਆਦਾ ਪਾਣੀ ਨਹੀਂ ਦੇਣਾ ਜਨਵਰੀ ਚ ਨਾਰਮਲ ਪਾਣੀ ਸਕਾਸ ਕਾ ਕੇ ਲਾਉਣਾ ਤੇ ਜ਼ਮੀਨ ਨੂੰ ਜੜ ਤੋਂ ਗੋਡੀ ਕਰਦੇ ਰਹੋ ਤੁਸੀਂ ਆ ਵੀਡੀਓ ਚ ਦੇਖ ਰਹੇ ਆ ਫਲ ਹੁਣ ਉੱਤਰਿਆ ਤੇ ਹੁਣ ਆਪਾਂ ਇਹਨੂੰ ਸਕਾਸ ਕਾ ਕੇ ਪਾਣੀ ਦੇਣਾ ਜਿਆਦਾ ਪਾਣੀ ਨਹੀਂ ਲਾਉਣਾ ਲਗਾਤਾਰ ਪਾਣੀ ਨਹੀਂ ਦੇਣਾ ਇਹਦੇ ਨਾਲ ਤੁਹਾਡਾ ਪੌਦਾ ਹਰਿਆ ਭਰਿਆ ਰਹੂ ਪਰ ਉਹਨੂੰ ਫੁੱਲ ਫਲ ਨਹੀਂ ਲੱਗਣੇ ਠੀਕ ਆ ਜੀ ਇਸ ਗੱਲ ਦਾ ਖਾਸ ਤੌਰ ਤੇ ਧਿਆਨ ਰੱਖਿਓ ਤੇ ਮਿਲਦੇ ਆ ਜਲਦੀ